ਮੇਰੀ ਗੋਰੀਆਂ ਗੱਲਾਂ ਦੇ ਕਰਕੇ ਦਿਲ ਬੈਠੇ ਨੇ ਤਲੀ ਦੇ ਉੱਤੇ ਧਰਕੇ, ਕਈਆਂ ਨੇ ਸ਼ਰਤਾਂ ਲਾਈਆਂ ਜਿਹੜੇ ਸੋਚੀ ਬੈਠੇ ਫਿਰਦੇ ਨੇ ਮੁੰਡੇ ਤੇਰੇ ਹੁਸਨ ਦੇ, ਉਹ ਮੁੰਡੇ ਤੇਰੇ ਹੁਸਨ ਦੇ ਮਾਰੇ ਤੇਰੇ ਨਾਲ ਨੱਚਣ ਨੂੰ ਫਿਰਦੇ ਨੇ ਮੁੰਡੇ। ਅਸੀਂ ਗੱਲ ਕਰ ਰਹੇ ਹਾਂ ਰੋਹਿਤ ਜਸਵਾਲੀ ਦੀ, ਜਿਨ੍ਹਾਂ ਨੇ ਕਈ ਸਾਰੀਆਂ ਸਟੇਜਾਂ ਤੇ ਪਰਫਾਰਮ ਕੀਤਾ ਤੇ ਹੁਣ ਰੀਸੈਂਟਲੀ ਉਹ ਵਾਇਸ ਆਫ ਪੰਜਾਬ ਦੇ ਵਿੱਚ 6ਵੇਂ ਨੰਬਰ ਤੇ ਆਏ ਨੇ। ਉਹਨਾਂ ਨਾਲ ਮਿਲਾਂਗੇ, ਉਹਨਾਂ ਨਾਲ ਗੱਲਬਾਤ ਕਰਾਂਗੇ, ਉਹਨਾਂ ਦੇ ਘਰ ਦੇ ਹਾਲਾਤ ਵੀ ਤੁਹਾਨੂੰ ਦਿਖਾਵਾਂਗੇ ਕਿ ਘਰ ਦੇ ਹਾਲਾਤ ਕੀ ਨੇ। ਭਾਈ ਸਾਨੂੰ ਪਹਿਲਾਂ ਵੈਲਕਮ ਹੈ ਤੁਹਾਡਾ ਨਿਊਜ਼ 18 ਦੇ ਵਿੱਚ। ਜੀ ਜੀ, ਬਹੁਤ ਬਹੁਤ ਸ਼ੁਕਰੀਆ ਜੀ। ਨਿਊਜ਼ 18 ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਸਲਾਮ ਅਲੈਕੁਮ, ਸਤਿ ਸ਼੍ਰੀ ਅਕਾਲ। ਭਾਜੀ, ਕਾਫੀ ਸਾਰੀਆਂ ਸਟੇਜਾਂ ਤੁਸੀਂ ਸ਼ੇਅਰ ਕੀਤੀਆਂ। ਜੀ ਜੀ, ਕਿਹੜਾ ਕਿਹੜਾ ਕਲਾਕਾਰਾਂ ਨਾਲ ਤੁਹਾਨੂੰ ਗਾਉਣ ਦਾ ਮੌਕਾ ਮਿਲਿਆ? ਜੀ, ਬਹੁਤ ਸਿੰਗਰਾਂ ਨਾਲ ਗਾਉਣ ਦਾ ਮੌਕਾ ਮਿਲਿਆ, ਜਿੱਦਾਂ ਕਿ ਮਾਸਟਰ ਸਲੀਮ ਜੀ ਔਰ ਆਪਣੇ ਅਫਸਾਨਾ ਖਾਨ, ਸੁਖਸ਼ਿੰਦਰ ਸਿੰਧਾ ਜੀ, ਸਚਿਨ ਅਹੂਜਾ, ਜੀ ਖਾਨ, ਫਿਰੋਜ਼ ਖਾਨ ਭਾਜੀ, ਇਹਨਾਂ ਸਾਰੇ ਸਿੰਗਰਾਂ ਨਾਲ ਮਤਲਬ ਮਿਲਣ ਦਾ ਮੌਕਾ ਮਿਲਿਆ। ਵਾਇਸ ਆਫ ਪੰਜਾਬ ਦੇ ਵਿੱਚ ਤੁਸੀਂ ਹੁਣੇ ਰੀਸੈਂਟਲੀ ਹੋ ਕੇ ਆਏ, ਕਿੱਦਾਂ ਦਾ ਐਕਸਪੀਰੀਅੰਸ ਰਿਹਾ ਉੱਥੇ ਤੁਹਾਡਾ? ਬਹੁਤ ਹੀ ਅੱਛਾ ਐਕਸਪੀਰੀਅੰਸ ਰਿਹਾ ਔਰ ਬਹੁਤ ਹੀ ਜ਼ਿਆਦਾ ਸਪੋਰਟ ਵੀ ਕੀਤਾ ਲੋਕਾਂ ਨੇ ਔਰ ਜੱਜਿਸ ਨੇ ਬਹੁਤ ਜ਼ਿਆਦਾ, PTC ਚੈਨਲ ਨੇ ਵੀ ਬਹੁਤ ਸਾਰਾ ਪਿਆਰ ਦਿੱਤਾ। ਵਾਇਸ ਆਫ ਪੰਜਾਬ ਸੀਜ਼ਨ 14 ਦੇ ਵਿੱਚ ਮੈਂ ਟੌਪ 6 ਫਾਈਨਲਿਸਟ ਮੇਰੀ ਪੋਜੀਸ਼ਨ ਆਈ ਹੈ, ਬਹੁਤ ਅੱਛਾ ਲੱਗਿਆ। ਹੁਣ ਤੱਕ ਕਿਹੜੀਆਂ ਕਿਹੜੀਆਂ ਸਟੇਜਾਂ ਦੇ ਉੱਤੇ ਤੁਸੀਂ ਪਰਫਾਰਮ ਕਰ ਚੁੱਕੇ ਹੋ ਤੇ ਕਿਤੇ ਇਨਾਮ ਜਿਹੜੇ ਆ ਕਿੱਥੋਂ ਕਿੱਥੋਂ ਤੁਸੀਂ ਜਿੱਤੇ? ਜੀ, ਮੈਂ ਬਹੁਤ ਸਾਰੀਆਂ ਸਟੇਜਾਂ ਵੈਸੇ ਛੋਟੇ ਹੁੰਦੇ ਤੋਂ ਕਰ ਰਿਹਾ। ਸਕੂਲ ਦੇ ਵਿੱਚ ਮੈਂ ਬਹੁਤ ਸਾਰੇ ਪਾਰਟੀਸਪੇਟ ਕੀਤੇ ਨੇ ਔਰ ਡਿਸਟ੍ਰਿਕਟ ਲੈਵਲ 'ਤੇ ਅਤੇ ਸਟੇਟ ਲੈਵਲ 'ਤੇ ਬਹੁਤ ਸਾਰੇ ਮੈਨੂੰ ਇਨਾਮ ਮਿਲੇ ਨੇ ਔਰ ਕਾਫੀ ਜ਼ਿਆਦਾ ਸ਼ੋਅ ਮੈਂ ਵਿਨ ਵੀ ਕੀਤੇ ਨੇ ਔਰ ਇੱਕ ਸ਼ੋਅ ਸੀਗਾ DD ਪੰਜਾਬੀ 'ਤੇ, ਕਿਸਮੇ ਕਿਤਨਾ ਹੈ ਦਮ, ਉਹ ਸੀਜ਼ਨ 3 ਦੇ ਵਿੱਚ ਉਹ ਮੈਂ ਵਿਨਰ ਬਣਿਆ ਸੀ ਅਤੇ ਉਸ ਤੋਂ ਬਾਅਦ ਵੋਇਸ ਆਫ ਪੰਜਾਬ ਮੈਂ ਟਰਾਈ ਕੀਤਾ। ਘਰ ਦੇ ਕੀ ਹਾਲਾਤ ਨੇ, ਕਿਸ ਤਰ੍ਹਾਂ ਦਾ ਗੁਜ਼ਾਰਾ ਚੱਲ ਰਿਹਾ ਘਰ ਦਾ? ਘਰ ਦੇ ਬਹੁਤ ਹੀ ਮਾੜੇ ਹਾਲਾਤ ਹੈ, ਬਸ ਇੱਦਾਂ ਹੀ ਮਿਹਨਤ ਕਰੀ ਜਾਂਦੇ ਹਾਂ, ਨਾਲ ਨਾਲ ਪੜ੍ਹਾਈ ਚੱਲਦੀ ਪਈ ਹੈ ਔਰ ਬੜਾ ਹੀ ਮਤਲਬ ਔਖਾ ਜਿੱਦਾਂ ਕਹਿ ਸਕਦੇ ਪ੍ਰੋਗਰਾਮ ਕਰਕੇ ਉਹਦੇ ਨਾਲ ਸਾਡਾ ਜਿਹੜਾ ਘਰ ਦਾ ਗੁਜ਼ਾਰਾ ਉਹ ਚੱਲਦਾ ਪਿਆ ਅਤੇ ਡੈਡੀ ਜੀ ਮੇਰੇ ਮਜ਼ਦੂਰੀ ਕਰਦੇ ਨੇ ਅਤੇ ਬਸ ਅਸੀਂ ਇੱਕ ਦੂਜੇ ਦੇ ਸਾਥ ਦੇ ਨਾਲ ਘਰ ਚਲਾਉਂਦੇ ਪਏ। ਸਿੰਗਿੰਗ ਪ੍ਰੋਫੈਸ਼ਨ ਜਿਹੜਾ ਆ, ਇਹਦੇ ਵਿੱਚ ਰਾਈਸ ਕਰਨ ਲਈ ਬੜੀ ਮਿਹਨਤ ਦੀ ਲੋੜ ਪੈਂਦੀ ਹੈ। ਜੀ ਜੀ, ਕਿਸ ਤਰ੍ਹਾਂ ਤੁਹਾਡਾ ਇਸ ਪਾਸੇ ਜਿਹੜਾ ਝੁਕਾਵ ਹੋਇਆ ਕਿ ਮੈਂ ਸਿੰਗਿੰਗ ਵਾਲੇ ਪਾਸੇ ਜਾ? ਸਿੰਗਿੰਗ ਵਾਲੇ ਪਾਸੇ ਮੈਂ ਇਸ ਕਰਕੇ ਆਇਆ ਕਿਉਂਕਿ ਸਾਡੇ ਘਰ ਦੇ ਸ਼ੁਰੂ ਤੋਂ ਹੀ ਸੰਗੀਤ ਦੇ ਨਾਲ ਕਾਫੀ ਜੁੜੇ ਹੋਏ ਨੇ। ਮੇਰੇ ਦਾਦਾ ਜੀ, ਮੇਰੇ ਪੜਦਾਦਾ ਜੀ, ਮੇਰੀ ਜਿਹੜੀ 4ੀ ਪੀੜ੍ਹੀ ਇਹ ਮਿਊਜ਼ਿਕ ਦੇ ਨਾਲ ਜੁੜੀ ਹੈ ਔਰ ਕਾਫੀ ਜ਼ਿਆਦਾ ਮਿਹਨਤ ਕੀਤੀ ਅਸੀਂ ਸਾਡੇ ਘਰਦਿਆਂ ਨੇ। ਮੇਰੇ ਵੱਡੇ ਡੈਡੀ ਜੀ, ਮੇਰੇ ਚਾਚਾ ਜੀ ਉਹ ਪ੍ਰੋਗਰਾਮ ਜਾਗਰਣ ਵਗੈਰਾ ਕਰਦੇ ਨੇ, ਮੇਰੇ ਦਾਦਾ ਜੀ ਵੀ ਕਰਦੇ ਸੀ ਅਤੇ ਮੈਂ ਵੀ ਮਾੜੇ ਮੋਟੇ ਪ੍ਰੋਗਰਾਮ ਕਰਦਾ, ਬਸ ਇੱਦਾਂ ਹੀ ਸ਼ੌਂਕ ਪੈ ਗਿਆ ਉਹਨਾਂ ਵੱਲ ਦੇਖ ਦੇਖ ਕੇ। ਦੋ ਲੈਣਾ ਸਾਰੇ ਦਰਸ਼ਕਾਂ ਲਈ? ਜ਼ਰੂਰ ਜੀ। ਐਵੇਂ ਰੁੱਸ ਕੇ ਨਾ ਸਾਥੋਂ ਮੁੱਖ ਮੋੜ ਸੱਜਣਾ, ਸਾਡਾ ਤੇਰੇ ਤੋਂ ਬਗੈਰ ਕਿਹੜਾ ਹੋਰ ਸੱਜਣਾ, ਤੇਰੇ ਤੋਂ ਬਗੈਰ ਕਿਹੜਾ ਹੋਰ ਸੱਜਣਾ। ਮਿਹਰਬਾਨੀ। ਤਾਂ ਦੇਖਿਆ ਤੁਸੀਂ ਇਹ ਸੀਗੇ ਰੋਹਿਤ ਜਸਵਾਲੀ, ਜਿਨ੍ਹਾਂ ਵੱਲੋਂ ਦੱਸਿਆ ਗਿਆ ਕਿ ਕਾਫੀ ਸਾਰੀਆਂ ਸਟੇਜਾਂ ਉਹਨਾਂ ਨੇ ਜਿਹੜੀਆਂ ਨੇ ਸ਼ੇਅਰ ਕੀਤੀਆਂ ਨੇ ਔਰ ਕਾਫੀ ਸਾਰੇ ਪ੍ਰਾਈਜ਼ ਵੀ ਜਿੱਤੇ ਨੇ। ਸ਼ੌਂਕ ਜਿਹੜਾ ਗਾਇਕੀ ਦਾ ਪਰ ਬਾਹ ਫੜਨ ਵਾਲਾ ਕੋਈ ਨਹੀਂ, ਸੋ ਅਜਿਹੇ ਦੇ ਵਿੱਚ ਕਿਤੇ ਨਾ ਕਿਤੇ ਜਿਹੜਾ ਸਿੰਗਰਾਂ ਦੇ ਨਾਲ ਇਹਨਾਂ ਨੇ ਕੰਮ ਕੀਤਾ, ਕਿਤੇ ਨਾ ਕਿਤੇ ਸਵਾਲ ਜ਼ਰੂਰ ਉੱਠਦਾ ਹੈ ਕਿ ਕਿਆ ਨਵੀਂ ਪੀੜ੍ਹੀ ਨੂੰ ਜਾਂ ਮਾੜੇ ਘਰ ਦੇ ਬੱਚਿਆਂ ਨੂੰ ਇਸ ਪਾਸੇ ਜੇਕਰ ਅੱਗੇ ਆਉਣਾ ਤਾਂ ਉਹਨਾਂ ਦੀ ਬਾਂਹ ਫੜਨ ਵਾਲਾ ਕੋਈ ਨਹੀਂ ਹੈਗਾ ਜਾਂ ਕੋਈ ਆਹ ਪ੍ਰੋਗਰਾਮ ਦੇਖ ਕੇ ਅੱਗੇ ਆਏਗਾ। ਸੁਖਜਿੰਦਰ ਕੁਮਾਰ, ਨਿਊਜ਼ 18 ਪੰਜਾਬ, ਪਠਾਨਕੋਟ। ਮੇਰੀ ਗੋਰੀਆਂ ਗੱਲਾਂ ਦੇ ਕਰਕੇ ਦਿਲ ਬੈਠੇ ਨੇ ਤਲੀ ਦੇ ਉੱਤੇ ਧਰਕੇ, ਕਈਆਂ ਨੇ ਸ਼ਰਤਾਂ ਲਾਈਆਂ ਜਿਹੜੇ ਸੋਚੀ ਬੈਠੇ ਫਿਰਦੇ ਨੇ ਮੁੰਡੇ ਤੇਰੇ ਹੁਸਨ ਦੇ, ਉਹ ਮੁੰਡੇ ਤੇਰੇ ਹੁਸਨ ਦੇ ਮਾਰੇ ਤੇਰੇ ਨਾਲ ਨੱਚਣ ਨੂੰ ਫਿਰਦੇ ਨੇ।